ਸਤਿ ਸ਼੍ਰੀ ਅਕਾਲ ਜੀ ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਕਿ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਭਾਈ ਐ ਲੱਗਦਾ ਹਵਾ ਵਾਵਾ ਤੱਤੀ ਵਗਦੀ ਆ ਤੱਤੀ ਐ ਵਗਦੀ ਆ ਪਹਿਲਾਂ ਤੁਸੀਂ ਆ ਕੁਛ ਦਿਨ ਪਹਿਲਾਂ ਰਣਜੀਤ ਵਾਲੇ ਪਾਸੇ ਹੋਏ ਰਹੇ ਅਕੇ ਭਾਵਨਾਵਾਂ ਨੂੰ ਠੇਸ ਪਹੁੰਚੀ ਜਿਹੜਿਆਂ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਉਹਨਾਂ ਤੋਂ ਪੁੱਛਣ ਵਾਲਾ ਹੋਵੇ ਵੀ ਤੁਹਾਡੀਆਂ ਭਾਵਨਾਵਾਂ ਤਾਂ ਦਿਖਾਓ ਸਾਨੂੰ ਜਿਨ੍ਹਾਂ ਨੂੰ ਠੇਸ ਪਹੁੰਚੀ ਆ ਗੱਲ ਇਹ ਆਏ ਆ ਵੀ ਜਿਹੜੇ ਆ ਕੱਟੜ ਬੰਦੇ ਆ ਨਾ ਕੱਟੜਵਾਦ ਫਨੈਟਿਕ ਬੰਦੇ ਜਿਨ੍ਹਾਂ ਨੂੰ ਕਹਿੰਦੇ ਆ ਇਹਨਾਂ ਨੂੰ ਐਂ ਲੱਗਦਾ ਵੀ ਸਾਨੂੰ ਆਲੇ ਥਾਣੇ ਦੀ ਰੱਬ ਦਿਸਦਾ ਜਾਂ ਇਹਨਾਂ ਨੂੰ ਸੱਚੀ ਮੁੱਚੀ ਆਲੇ ਥਾਣੇ ਦੀ ਰੱਬ ਦਿਸਣ ਲੱਗ ਜਾਂਦਾ ਜਿਹੜਾ ਸਾਨੂੰ ਕਿਸੇ ਨੂੰ ਨਹੀਂ ਦਿਸਦਾ ਪਰ ਅਸਲ 'ਚ ਗੱਲ ਇਹ ਆ ਮਿੱਤਰੋ ਇਹ ਦੁਕਾਨਦਾਰੀ ਆ ਧਾਰਮਿਕ ਐਡਾ ਸਸਤਾ ਜਿਹੜਾ ਹਥਿਆਰ ਆ ਇਹਨੂੰ ਵਰਤ ਕੇ ਇਹ ਸਿੰਘ ਵਸਾਈ ਰੱਖਦੇ ਆ ਬਸ ਅਤੇ ਕੁਛ ਕੁ ਲੋਕ ਇਹਨਾਂ ਦੇ ਮਗਰ ਵੀ ਲੱਗੇ ਰਹਿੰਦੇ ਆ ਸੋ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਕੋਈ ਕਿਸੇ ਦੇ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦਾ ਅਸੀਂ ਸਾਰੇ ਇੱਕ ਦੂਜੇ ਨਾਲ ਰਲ ਮਿਲ ਕੇ ਰਹਿਣ ਵਾਲੇ ਬੰਦੇ ਹਾਂ ਸਾਡੇ 'ਚ ਇਨਸਾਨੀਅਤ ਵੱਸਦੀ ਆ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਇੱਕ ਦੂਜੇ ਨੂੰ ਸਤਿਕਾਰ ਉਨਾ ਹੀ ਦਿੰਦੇ ਹਾਂ ਜਿੰਨਾ ਦੇਣਾ ਚਾਹੀਦਾ ਸੋ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਆਪਣੇ ਆਪ ਨੂੰ ਐਜੂਕੇਟ ਕਰੋ ਇਹ ਬਹੁਤ ਜ਼ਰੂਰੀ ਗੱਲ ਆ ਦੂਜੀ ਗੱਲ ਜਿਹੜੀ ਮੈਂ ਸੁਣੀ ਆਪਣਾ ਜਿਹੜਾ ਖਿਡਾਰੀ ਸੀ ਕਬੱਡੀ ਵਾਲਾ ਉਹਦੀ ਬੜੀ ਬੜੀ ਮੰਦਭਾਗੀ ਘਟਨਾ ਹੋਈ ਉਹ ਵਿਚਾਰੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਹ ਗੱਲ ਬਹੁਤ ਜ਼ਿਆਦਾ ਮਾੜੀ ਗੱਲ ਆ ਸਾਡੀ ਕੌਮ ਲਈ ਸਾਡੇ ਪੰਜਾਬ ਲਈ ਪੰਜਾਬੀਅਤ ਲਈ ਅਤੇ ਜੇ ਉਹ ਕਹਿੰਦੇ ਵੀ ਰਖਵਾਲੇ ਹੀ ਇਹ ਕੰਮ ਸਾਡੇ ਕਰਨ ਲੱਗ ਜਾਣ ਫਿਰ ਅਸੀਂ ਕੀ ਆਸ ਰੱਖ ਸਕਦੇ ਸੋ ਬਹੁਤ ਮੰਦਭਾਗੀ ਘਟਨਾ ਇਹ ਔਰ ਇਸ ਗੱਲ ਦਾ ਇਹਨੂੰ ਨਿੰਦਿਆ ਜਾਣਾ ਚਾਹੀਦਾ ਅਤੇ ਮੈਂ ਇਹ ਵੀ ਆਸ ਕਰਦਾ ਵੀ ਇਨਸਾਫ ਵੀ ਜ਼ਰੂਰ ਹੋਊਗਾ ਜੇ ਨਹੀਂ ਵੀ ਹੋਊਗਾ ਤਾਂ ਅਸੀਂ ਇਨਸਾਫ ਲਈ ਖੜ੍ਹੇ ਹਾਂ ਅਸੀਂ ਹਰ ਉਸ ਪਰਿਵਾਰ ਹਰ ਉਸ ਬੰਦੇ ਲਈ ਖੜ੍ਹੇ ਹਾਂ ਜਾਂ ਉਸ ਖਿਡਾਰੀ ਦੇ ਪਰਿਵਾਰ ਲਈ ਖੜ੍ਹੇ ਹਾਂ ਅਸੀਂ ਜ਼ਰੂਰ ਖੜ੍ਹੇ ਹਾਂ ਜੀ ਇਸ ਗੱਲ ਦੇ ਉਹਨਾਂ ਦੇ ਨਾਲ ਅਗਲੀ ਜਿਹੜੀ ਗੱਲ ਆ ਦੇਖੋ ਇਹ ਗੱਲ ਬਹੁਤ ਜ਼ਰੂਰੀ ਹੁੰਦੀ ਆ ਜੇ ਤੁਸੀਂ ਆਪਦੇ ਤੁਹਾਡੇ ਖਿਡਾਰੀ ਤੁਹਾਡੇ ਹਿਸਟੋਰੀਅਨਸ ਤੁਹਾਡੇ ਰਾਈਟਰ ਤੁਹਾਡੇ ਆਰਟਿਸਟ ਇਹੀ ਜੇ ਮਹਿਫੂਸ ਨਾ ਫੀਲ ਕਰਨ ਸੁਰੱਖਿਅਤ ਨਾ ਫੀਲ ਕਰਨ ਤਾਂ ਉਸ ਕੌਮ ਲਈ ਉਸ ਦੇਸ਼ ਲਈ ਬਹੁਤ ਮਾੜੀ ਗੱਲ ਆ ਇਹ ਸੋ ਇਹ ਗੱਲ ਸੋਚਣੀ ਸਾਨੂੰ ਬਣਦੀ ਆ ਇਸ ਗੱਲ 'ਤੇ ਸਾਨੂੰ ਚਿੰਤਾ ਕਰਨਾ ਵੀ ਸਾਡਾ ਬਣਦਾ ਇੱਕ ਹੋਰ ਗੱਲ ਮੇਰੇ ਨੋਟਿਸ 'ਚ ਆਈ ਆ ਜਿਹਦੇ ਲਈ ਮੈਂ ਸੋਚਿਆ ਮੈਂ ਤੁਹਾਡੇ ਨਾਲ ਗੱਲ ਕਰਾਂ ਉਹ ਗੱਲ ਨੋਟਿਸ 'ਚ ਆਏ ਆਈ ਆ ਵੀ ਹੁਣ ਵੀ ਬਹੁਤ ਸਾਰੇ ਜਿਹੜੇ ਕਾਮੇ ਮਜ਼ਦੂਰ ਆ ਉਹ ਪੰਜਾਬ ਤੋਂ ਚੱਲ ਕੇ ਦਿੱਲੀ ਤੋਂ ਚੱਲ ਕੇ ਜਾਂ ਹਰਿਆਣੇ ਤੋਂ ਚੱਲ ਕੇ ਆਪਦੇ ਯੂਪੀ ਬਿਹਾਰ ਝਾਰਖੰਡ ਉੱਧਰ ਨੂੰ ਜਾ ਰਹੇ ਆ ਪਰ ਰਾਹ 'ਚ ਉਹਨਾਂ ਦੇ ਫੇਰ ਡੰਡੇ ਵੱਜ ਰਹੇ ਆ ਉਹਨਾਂ ਨੂੰ ਕੁੱਟਿਆ ਜਾ ਰਿਹਾ ਉਹਨਾਂ ਨੂੰ ਰੋਟੀ ਪਾਣੀ ਤਾਂ ਕੀ ਦੇਣਾ ਉਹਨਾਂ ਨੂੰ ਐਨ ਜਿਵੇਂ ਕਹਿੰਦੇ ਹੁੰਦੇ ਆ ਵੀ ਆਪਦੀ ਫਰਸਟ੍ਰੇਸ਼ਨ ਜਾਂ ਆਪਦਾ ਗੁੱਸਾ ਉਹਨਾਂ 'ਤੇ ਲਾਹਿਆ ਜਾ ਰਿਹਾ ਉਹਨਾਂ ਦਾ ਐਨ ਚੰਗੀ ਤਰ੍ਹਾਂ ਡੰਡਾ ਪਰੇਡ ਕੀਤੀ ਜਾ ਰਹੀ ਆ ਸੋ ਇਹ ਗੱਲ ਮੈਨੂੰ ਸਮਝ ਨਹੀਂ ਆਈ ਜਦੋਂ ਸਾਨੂੰ ਸੜਕਾਂ ਬਣਾਉਣੀਆਂ ਹੁੰਦੀਆਂ ਬਿਲਡਿੰਗਾਂ ਬਣਾਉਣੀਆਂ ਹੁੰਦੀਆਂ ਜਾਂ ਤੁਹਾਡਾ ਇਨਫਰਾਸਟ੍ਰਕਚਰ ਖੜ੍ਹਾ ਕਰਨਾ ਹੁੰਦਾ ਜਾਂ ਅਸੀਂ ਮੈਟਰੋ ਸਟੇਸ਼ਨ ਬਣਾਉਣੇ ਹੁੰਦੇ ਆ ਉਦੋਂ ਤਾਂ ਸਾਨੂੰ ਇਹ ਮਜ਼ਦੂਰ ਚਾਹੀਦੇ ਹੁੰਦੇ ਆ ਪਰ ਜਦੋਂ ਅੱਜ ਲੋਕਡਾਊਨ ਜਿਹੜਾ ਕਿ ਸਰਕਾਰ ਦੀ ਅਣਗਹਿਲੀ ਕਰਕੇ ਹੀ ਕੋਈ ਪਲੈਨਿੰਗ ਨਹੀਂ ਹੋਈ ਇਹਨਾਂ ਦੀ ਪੋਲਿਸੀਜ਼ ਹੀ ਗਲਤ ਸੀ ਅੱਜ ਲੋਕਡਾਊਨ ਹੋਇਆ ਇਹ ਆਪਦੇ ਘਰੇ ਚੱਲੇ ਆ ਪਹਿਲਾਂ ਵੀ ਗਏ ਹੁਣ ਵੀ ਚੱਲੇ ਆ ਅਤੇ ਤੁਹਾਡੇ ਤੋਂ ਕੋਈ ਇੰਤਜ਼ਾਮ ਨਹੀਂ ਹੋ ਰਿਹਾ ਇਹਨਾਂ ਦਾ ਅਤੇ ਤੁਸੀਂ ਇਹਨਾਂ ਦੇ ਡੰਡੇ ਮਾਰਨ ਲੱਗ ਜਾਂਦੇ ਹੋ ਮੈਨੂੰ ਐਂ ਲੱਗਦਾ ਵੀ ਇਹ ਕਿਹੜੀ ਡੈਮੋਕਰੇਸੀ ਆ ਕਿਹੜੀ ਡੈਮੋਕਰੇਸੀ ਦੀ ਗੱਲ ਕਰਦੇ ਹਾਂ ਇਹ ਮੈਨੂੰ ਡੈਮੋਕਰੇਸੀ ਤੋਂ ਜ਼ਿਆਦਾ ਸਰਮਾਏਦਾਰੀ ਕੈਪੀਟਲਿਸਟਿਕ ਸੁਸਾਇਟੀ ਜਿਹੜੀ ਜ਼ਿਆਦਾ ਲੱਗ ਰਹੀ ਆ ਕਿਉਂਕਿ ਮੰਤਰੀ ਦਾ ਬੇਟਾ ਹੀ ਮੰਤਰੀ ਬਣ ਜਾਂਦਾ ਅਫਸਰਾਂ ਦੇ ਬੇਟੇ ਜਾਂ ਬੇਟੀਆਂ ਹੀ ਅਫਸਰ ਬਣ ਜਾਂਦੇ ਆ ਸੋ ਜਿਹੜਾ ਕਾਮਨ ਮੈਨ ਆ ਉਹਨੇ ਤਾਂ ਸਫ਼ਰ ਹੀ ਕਰਨਾ ਇੱਥੇ ਉਹ ਸਾਨੂੰ ਦੇਖ ਰਿਹਾ ਕਿਉਂਕਿ ਅਸੀਂ ਇਹ ਦੇਖ ਲਓ ਦੋ ਜੈੱਟ 7,000-8,000 ਕਰੋੜ ਦੇ ਮੰਗਾ ਰਹੇ ਹਾਂ ਅਮੈਰੀਕਾ ਤੋਂ ਸਾਡੇ ਉਹਦੇ 'ਚ ਪ੍ਰਾਈਮ ਮਿਨਿਸਟਰ ਸਾਹਿਬ ਵੀ ਚੜ੍ਹਿਆ ਕਰਨਗੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਵੀ ਚੜ੍ਹਿਆ ਕਰਨਗੇ ਜਾਂ ਹੋਰ ਜਿਹੜੇ ਸਾਡੇ ਕੋਈ ਇੰਪੋਰਟੈਂਟ ਲੀਡਰਸ ਆ ਉਹਦੇ 'ਚ ਚੜ੍ਹਿਆ ਕਰਨਗੇ ਪਰ ਅਸੀਂ ਇਹਨਾਂ ਮਜ਼ਦੂਰਾਂ ਨੂੰ ਸਿਰਫ ਪੰਜਾਬ ਤੋਂ ਜਾਂ ਹਰਿਆਣੇ ਤੋਂ ਜਾਂ ਦਿੱਲੀ ਤੋਂ ਯੂਪੀ ਬਿਹਾਰ ਜਾਂ ਝਾਰਖੰਡ
ਬਚਾਉਣ ਵਾਸਤੇ ਸਾਡੇ ਕੋਲੇ ਕੋਈ ਹੀਲਾ ਨਹੀਂ ਆ। ਸਾਡੀ ਰੇਲਵੇ ਵੀ ਫੇਲ ਆ, ਜਿਹੜੀ 1 ਕਰੋੜ ਦਾ ਦਾਅਵਾ ਕਰਦੀ ਆ ਵੀ ਅਸੀਂ ਬੰਦਿਆਂ ਨੂੰ 1 ਕਰੋੜ ਬੰਦਿਆਂ ਨੂੰ ਸਫ਼ਰ ਦਿੰਦੇ ਹਾਂ ਰੋਜ਼ ਦਾ, ਉਹ ਵੀ ਫੇਲ ਆ। ਸਾਡਾ ਹੋਰ ਵੀ ਕੋਈ ਢਾਂਚਾ ਜਿਹੜਾ ਇਨਫਰਾਸਟ੍ਰਕਚਰ ਦਾ ਜਾਂ ਆਵਾਜਾਈ ਦਾ ਜਾਂ ਸਾਡੀਆਂ ਬੱਸਿਸ ਆ ਜਾਂ ਏਅਰਲਾਈਨਸ ਆ, ਸਭ ਕੁਝ ਫੇਲ ਆ ਬਿਕਾਜ਼ ਪੋਲੀਟੀਕਲ ਵਿਲ ਇਜ਼ ਨੋਟ ਦੇਅਰ, ਵਿਚ ਇਜ਼ ਰੀਅਲੀ ਰੀਅਲੀ ਸੈਡ। ਸੋ ਇਸੇ ਕਰਕੇ ਮੈਨੂੰ ਐਂ ਲੱਗਦਾ ਇਹ ਕੋਈ ਡੈਮੋਕਰੇਸੀ ਨਹੀਂ ਹੈ। ਇੱਕ ਤਾਂ ਮਾੜੇ ਬੰਦੇ ਨੇ ਮਰਨਾ, ਕਿਉਂਕਿ ਸਰਕਾਰ ਨੂੰ ਵੀ ਐਂ ਲੱਗ ਰਿਹਾ ਵੀ ਜਿਵੇਂ ਆਲੇ ਥਾਣੀ ਦੀ ਰੱਬ ਦਿਸਣ ਲੱਗ ਗਿਆ, ਇਹਨਾਂ ਨੂੰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਰਹੀ। ਪਰਵਾਹ ਇਸ ਕਰਕੇ ਵੀ ਨਹੀਂ ਰਹੀ, ਤੁਸੀਂ ਇਹ ਦੇਖੋ ਵੀ ਆ ਪਿੱਛੇ ਜੇ ਕੁਛ ਦਿਨ ਪਹਿਲਾਂ ਇੱਕ ਚੈਨਲ 'ਤੇ ਇੱਕ ਸਰਵੇ ਹੋਇਆ, ਉਹਦੇ 'ਚ ਇਹ ਦੱਸਿਆ ਗਿਆ ਵੀ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਜਿਹੜੀ ਲੋਕਪ੍ਰਿਯਤਾ ਜਾਂ ਉਹਨਾਂ ਦਾ ਅਕਸ ਹੋਰ ਜ਼ਿਆਦਾ ਵੱਡਾ ਹੋ ਗਿਆ। ਉਦੋਂ ਵੱਡਾ ਹੋ ਗਿਆ, ਉਹ ਪਹਿਲਾਂ ਤਾਂ ਉਸ ਚੈਨਲ ਨੇ ਇਸ ਲੋਕਡਾਊਨ 'ਚ ਸਰਵੇ ਵੀ ਕਰ ਲਿਆ, ਫਿਰ ਉਸ ਅਕਸ ਨੂੰ ਵੀ ਵੱਡਾ ਕਰਤਾ, ਜਦੋਂ ਕਿ ਲੋਕ ਆਪਦੀ ਅਰਥ ਵਿਵਸਥਾ ਜਿਹੜੀ ਇਸ ਦੇਸ਼ ਦੀ ਉਹ ਹਿੱਲੀ ਫਿਰਦੀ ਆ, ਲੋਕ ਆਪਦੇ ਸਰਵਾਈਵਲ ਲਈ ਲੜ ਰਹੇ ਆ, ਲੋਕਾਂ ਨੇ ਮਿਡਲ ਕਲਾਸ ਨੇ ਫੀਸਾਂ ਵੀ ਦੇਣੀਆਂ, ਮਿਡਲ ਕਲਾਸ ਨੇ ਲੋਨਸ ਵੀ ਦੇਣੇ ਆ, ਉਦੋਂ ਬਾਅਦ ਗਰੀਬਾਂ ਨੂੰ ਤਾਂ ਆਪਦੇ ਰੋਟੀ ਪਾਣੀ ਦਾ ਖਤਰਾ ਹੋਇਆ ਪਿਆ ਜਾਂ ਭੁੱਖੇ ਮਰੀ ਜਾਂਦੇ ਆ, ਐਂਡ ਇੰਪਲੋਇਮੈਂਟ ਬਹੁਤ ਹੱਦ ਤੱਕ ਸਫ਼ਰ ਕਰ ਰਹੀ ਆ। ਪਰ ਜਿਹਦਾ ਇੱਕੋ ਹੀ ਜਵਾਬ ਆ ਵੀ ਪ੍ਰਧਾਨ ਮੰਤਰੀ ਆ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ, ਉਹਨਾਂ ਦੀ ਲੋਕਪ੍ਰਿਯਤਾ 'ਚ ਵਾਧਾ ਹੋ ਗਿਆ, 89% ਵਾਧਾ ਹੋ ਗਿਆ, ਅਤੇ ਸਾਰੇ ਜਿਹੜੇ ਸਾਡੇ ਆਨਰੇਬਲ ਮਿਨਿਸਟਰਸ ਆ ਜਿਹੜੇ ਉਹਨਾਂ ਦੀ ਕੈਬਨਿਟ ਆ, ਉਹ ਟਵੀਟ ਕਰਦੇ ਆ ਇਸ ਗੱਲ 'ਤੇ ਵੀ ਦੇਖੋ ਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਲੋਕਪ੍ਰਿਯਤਾ 'ਚ ਵਾਧਾ ਹੋ ਗਿਆ। ਸੋ ਜੇ ਮੈਨੂੰ ਐਂ ਲੱਗਦਾ ਵੀ ਕੋਈ ਵੀ ਜਿਹੜੀ ਗੱਲ ਆ ਜਾਂ ਸਾਡਾ ਕੋਈ ਵੀ ਸਵਾਲ ਆ, ਉਹਦਾ ਜਵਾਬ ਇਹੀ ਦੇ ਦਿਆ ਕਰਨ ਸਾਨੂੰ, ਤਾਂ ਅਸੀਂ ਸੁਣ ਦਿਆ ਕਰਾਂਗੇ, ਬੈਠ ਕੇ ਇਹੀ ਗੱਲ ਸੁਣ ਲਿਆ ਕਰਾਂਗੇ ਵੀ ਸਾਡੀ ਪ੍ਰਧਾਨ ਮੰਤਰੀ ਸਾਹਿਬ ਦੀ ਲੋਕਪ੍ਰਿਯਤਾ 'ਚ ਵਾਧਾ ਹੋ ਗਿਆ। ਦੇਖੋ ਜੀ ਇਹ ਬਹੁਤ ਚੰਗੀ ਗੱਲ ਆ, ਜੇ ਵਾਧਾ ਹੋ ਗਿਆ ਤਾਂ ਥੋੜ੍ਹਾ ਜਿਹਾ ਲੋਕ ਭਲਾਈ ਵੱਲ ਵੀ ਸੋਚੋ, ਥੋੜ੍ਹਾ ਜਿਹਾ ਐਜੂਕੇਸ਼ਨ ਵਾਲੇ ਪਾਸੇ ਆਓ, ਥੋੜ੍ਹਾ ਜਿਹਾ ਸਟੇਟਸਮੈਨ ਬਣੋ। ਸਿਚੁਏਸ਼ਨ ਥੋੜ੍ਹੀ ਜਿਹੀ ਅਨੁਕੂਲ ਨਹੀਂ ਆ, ਅਸੀਂ ਤੁਹਾਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੁੰਦੇ, ਪਰ ਅਸੀਂ ਇਹ ਜ਼ਰੂਰ ਦੱਸਣਾ ਚਾਹੁੰਦੇ ਹਾਂ ਵੀ ਗਰੀਬਾਂ ਬਾਰੇ ਸੋਚੋ, ਉਹਨਾਂ ਨੂੰ ਘਰੇ ਪਹੁੰਚਾਓ ਆਪਦੇ, ਅਤੇ ਇਸ ਟਾਈਮ ਜਿਹੜਾ ਤੁਹਾਡਾ ਹਥਿਆਰ ਆ, ਜਿਹਨੂੰ ਮੈਂ ਕਹਿੰਦਾ ਧਰਮ ਦਾ ਹਥਿਆਰ, ਉਹ ਯੂਜ਼ ਕਰਕੇ ਲੋਕਾਂ ਦੇ ਸਿੰਗਣਾ ਫਸਾਈ ਰੱਖੋ। ਇਹਨਾਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਨਹੀਂ ਆ, ਇਸ ਵੇਲੇ ਸਾਨੂੰ ਚੰਗੀ ਗਵਰਨੈਂਸ ਦੀ ਜ਼ਰੂਰਤ ਆ। ਸੋ ਇਸੇ ਲਈ ਮੈਂ ਤੁਹਾਡੇ ਕੋਲ ਤੁਹਾਡੇ ਰੂਬਰੂ ਹੋਇਆ ਸੀ ਇਹ 2-4 ਗੱਲਾਂ ਕਰਨ ਲਈ। ਬਾਕੀ ਜਿਉਂਦੇ ਵਾਸਤੇ ਰਹੋ ਜੀ, ਪ੍ਰਧਾਨ ਮੰਤਰੀ ਸਾਹਿਬ ਦੀ ਲੋਕਪ੍ਰਿਯਤਾ 'ਚ ਵਾਧਾ ਹੋ ਗਿਆ, ਬਹੁਤ ਖੁਸ਼ੀ ਦੀ ਗੱਲ ਆ। ਸਤਿ ਸ਼੍ਰੀ ਅਕਾਲ।